ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇਕ ਵਾਰ ਇੱਕ ਦਰਿਆ ਦੇ ਕੰਢੇ ਇੱਕ ਸੰਤ ਫਕੀਰ ਆਪਣੀ ਝੁੱਗੀ ਪਾ ਕੇ ਰਿਹਾ ਕਰਦੇ ਸੀ ਉਹਨਾਂ ਵਾਹਿਗੁਰੂ ਦੀ ਪੰਦਗੀ ਕਰਿਆ ਕਰਨੀ ਜਦੋਂ ਖਾਣ ਲਈ ਰਸਦ ਮੁੱਕ ਜਾਇਆ ਕਰਨੀ ਤੇ ਦਿਹਾੜੀ ਦਾ ਪਾ ਕਰਕੇ ਰਸਦ ਲਿਆਇਆ ਕਰਨੀ ਪਰ ਉਹਨਾਂ ਕਦੀ ਵੀ ਨਾਤਾ ਕਿਸੇ ਤੋਂ ਮੰਗਣਾ ਤੇ ਨਾ ਹੀ ਕਿਸੇ ਤੋਂ ਹੱਥ ਾੜ ਕੇ ਕਹਿਣਾ ਵੀ ਮੈਨੂੰ ਕੁਝ ਦੇ ਦੇ ਜੇ ਕਿਸੇ ਕੁਝ ਦੇਣਾ ਵੀ ਤਾਂ ਉਹਨਾਂ ਕਹਿਣਾ ਹੱਥੇ ਕੀਰਤ ਕਰਕੇ ਫੇਰ ਹੀ ਖਾਵਾਂਗੇ ਐਵੇਂ ਕਰਕੇ ਜ਼ਿੰਦਗੀ ਦਾ ਗੁਜ਼ਰਬਸਰ ਹੋ ਰਿਹਾ ਸੀ ਹੁਣ ਆਪਣੇ ਜੋ ਜ਼ਿੰਦਗੀ ਦੇ ਵਿੱਚ ਇੱਕ ਦਿਨ ਐਵੇਂ ਦਾ ਪੜਾ ਆ ਵੀ ਬੜੇ ਜਿਆਦੇ ਨਾ ਉਹ ਬਿਮਾਰ ਹੋ ਗਏ ਭਾਵ ਉਹ ਹੈ ਤਾਂ ਮਨੁੱਖ ਸੀ ਪਰ ਨਾਮ ਬਹੁਤ ਜ਼ਿਆਦਾ ਜਪਿਆ ਕਰਦਾ ਇੱਕ ਦਿਨ ਜਦੋਂ ਬਿਮਾਰ ਹੋਏ ਤੇ ਲਗਾਤਾਰ ਇੱਕ ਦਿਨ ਬਿਮਾਰ ਹੋਏ ਤੇ ਉੱਠਿਆ ਨਾ ਗਿਆ ਕਾਰਖਾਨੇ ਨੂੰ ਕੁਝ ਨਹੀਂ ਸੀ ਦਿਹਾੜੀ ਦਾ ਪਾਕੀਤਾ ਨਾ ਤੇ ਕਹਿੰਦੇ ਚਲੋ ਕੋਈ ਨਾ ਕੱਲ ਨੂੰ ਖਾ ਲਾਂਗੇ ਵਾਹਿਗੁਰੂ ਨੇ ਸਿਹਤ ਠੀਕ ਕਰਤੀ ਤੇ ਵਾਹਿਗੁਰੂ ਦਾ ਇੰਨਾ ਹੀ ਬੜਾ ਸ਼ੁਕਰ ਐਵੇਂ ਕਰਦਿਆ ਕਰਦਿਆ ਤਿੰਨ ਤੋਂ ਚਾਰ ਦਿਨ ਬੀਤ ਗਏ ਖਾਦਾ ਕੁਝ ਵੀ ਨਾ ਕਹਿੰਦੇ ਚਲੋ ਕੋਈ ਨਾ ਦਰਿਆ ਦਾ ਪਾਣੀ ਪੀ ਕੇ ਸਾਰ ਲੈਣਿਆ ਸਵੇਰੇ ਵੀ ਦਰਿਆ ਦਾ ਪਾਣੀ ਪੀਣਾ ਤੇ ਸ਼ਾਮ ਨੂੰ ਵੀ ਪੀ ਕੇ ਤੇ ਉੱਥੇ ਲੇਟ ਕੇ ਤੇ ਵਾਹਿਗੁਰੂ ਨੂੰ ਕਹਿਣਾ ਕਿ ਮੈਨੂੰ ਸਿਹਤ ਯਾਪ ਕਰ ਇੱਕ ਦਿਨ ਕੀ ਹੋਇਆ ਦਰਿਆ ਦੇ ਕੰਢੇ ਦੇਖਦਿਆਂ ਵੀ ਇੱਕ ਨਾ ਸੇਬ ਵਿੱਚੋਂ ਰੋੜਦਾ ਰੋੜਦਾ ਆਉਂਦਾ ਵਿੱਚੋਂ ਛੇ ਦਿਨਾਂ ਨਾਲ ਕੱਢ ਕੇ ਤੇ ਖਾ ਲਿਆ ਖਾ ਕੇ ਤਿੰਨ ਚਾਰ ਦਿਨਾਂ ਦੀ ਭੁੱਖ ਸੀ ਤੇ ਥੋੜੀ ਜੀ ਤ੍ਰਿਪਤੀ ਮਿਲੀ ਹੁਣ ਜਦੋਂ ਖਾ ਲਿਆ ਫਿਰ ਯਾਦ ਆਇਆ ਵੀ ਅੱਜ ਤੱਕ ਜ਼ਿੰਦਗੀ ਵਿੱਚ ਮੈਂ ਬਿਨਾਂ ਕਿਸੇ ਹੱਥੀ ਕਿਰਤ ਕਰਕੇ ਖਾਦਾ ਹਾਂ ਅੱਜ ਪਹਿਲੇ ਦਿਨ ਮੈਂ ਕਿਸੇ ਦਾ ਬਿਨਾਂ ਦਿੱਤਾ ਖਾ ਲਿਆ ਭਾਵ ਵੀ ਕਿਸੇ ਦਾ ਰੋੜ ਕੇ ਆਇਆ ਸੀ ਤੇ ਮੈਂ ਇਹਦਾ ਕਿਹੜਾ ਅਦਾ ਕੀਤਾ ਤੇ ਮੈਂ ਇਹ ਖਾ ਲਿਆ ਕਹਿੰਦੇ ਮੈਂ ਨਾ ਉਸ ਤੋਂ ਜਾ ਕੇ ਮਾਫੀ ਮੰਗਦਾ ਜਿਸ ਦਾ ਬਿਨਾਂ ਮੈਂ ਦੱਸਿਆ ਉਹਦਾ ਸੇਬ ਖਾ ਲਿਆ ਦਰਿਆ ਦੇ ਕੰਢੇ ਤੁਰਦਾ ਜਾਂਦਾ ਤੁਰਦਾ ਜਾਂਦਾ ਜਦੋਂ ਅੱਗੇ ਸਰੀ ਜਾਂਦਾ ਹੈ ਨਾ ਤਾਂ ਦੇਖਦਾ ਹੈ ਵੀ ਇੱਕ ਨਾ ਬੜਾ ਸੋਹਣਾ ਬਾਗ ਹੈ ਉਹ ਰੁੱਖ ਦੀ ਇੱਕ ਟਾਣੀ ਜਿਹੜੀ ਸੀ ਉਹ ਦਰਿਆ ਦੇ ਵਿੱਚ ਸੀ ਤੇ ਉੱਥੋਂ ਹੀ ਕਿਤੇ ਹਵਾ ਦਾ ਹੁਲਾਰਾ ਆ ਕੇ ਉਹ ਵਿੱਚ ਡਿੱ ਗਿਆ ਸੇਬ ਤੇ ਉਹ ਉਸ ਮਨੁੱਖ ਨੇ ਚੁੱਕ ਕੇ ਖਾ ਲਿਆ ਹੁਣ ਕੀ ਦੇਖਦਾ ਹੈ ਵੀ ਅਗਾ ਜਾ ਕੇ ਦੇਖਦਾ ਹੈ ਉੱਥੇ ਨਾ ਇੱਕ ਬਿਰਧ ਜੇ ਸੰਤ ਬਾਬਾ ਜੀ ਹੁੰਦੇ ਨੇ ਤੇ ਉਹ ਅੱਖਾਂ ਬੰਦ ਕਰਕੇ ਤੇ ਵਾਹਿਗੁਰੂ ਦੀ ਬੰਦਗੀ ਵਿੱਚ ਲੀਨ ਹੁੰਦੇ ਨੇ ਉਥੇ ਅੱਗੇ ਚੌਂਕੜੀ ਮਾਰ ਕੇ ਬੈਠ ਜਾਂਦੇ ਨੇ ਵੀ ਉਠਾਣਾ ਕਿਉਂ ਹੈ ਜਦੋਂ ਅੱਖਾਂ ਖੋਲਣਗੇ ਤੇ ਫਿਰ ਮੈਂ ਇਹਨਾਂ ਨੂੰ ਉਠਾ ਕੇ ਪੁੱਛ ਲਵਾਂਗਾ ਇਹਨਾਂ ਤੋਂ ਮਾਫੀ ਮੰਗ ਲਵਾਂਗਾ ਹੁੰਦਾ ਕਿ ਇਹ ਵੀ ਕੁਝ ਸਮੇਂ ਬਾਅਦ ਅੱਖਾਂ ਖੋਲਦੇ ਨੇ ਉਹਨਾਂ ਨੂੰ ਕਹਿੰਦੇ ਕਿ ਮੈਂ ਤੁਹਾਡੇ ਤੋਂ ਮਾਫੀ ਮੰਗਣ ਆਇਆ ਉਹਨਾਂ ਪੁੱਛਿਆ ਆਪਤ ਕਿਹੜੀ ਗੱਲ ਦੀ ਮਾਫੀ ਮੰਗਣ ਆਇਓ ਕੁਝ ਸਮੇਂ ਬਾਅਦ ਕੀ ਹੋਇਆ ਕਿ ਉਹਨਾਂ ਕਹਾਂ ਜੀ ਤੁਹਾਡਾ ਇੱਕ ਸੇਬ ਖਾਦ ਉਹ ਸੰਤ ਜਿਹੜੇ ਸਨ ਬਿਰਦ ਸੰਤ ਉਹ ਥੋੜੇ ਜਿਹੀ ਮੁਸਕੁਰਾਏ ਤੇ ਕਿਹਾ ਹਾਂ ਮਾਫੀ ਤੇ ਤੇਰੀ ਮੰਨਦੀ ਮੰਗਣੀ ਤੇ ਇਹਦੀ ਤੈਨੂੰ ਸਜ਼ਾ ਵੀ ਮਿਲੇਗੀ ਉਹ ਕਹਿੰਦੇ اچھا ਸਜ਼ਾ ਮਿਲੇਗੀ ਕਹਿੰਦੇ ਕੋਈ ਨਾ ਤੁਸੀਂ ਮੈਨੂੰ ਜੋ ਸਜ਼ਾ ਦੇਣੀ ਹੈ ਦੇ ਦਿਓ ਪਰ ਉਹਦੇ ਬਦਲੇ ਮੈਨੂੰ ਮਾਫ ਕਰ ਦਿਓ ਕਹਿੰਦੇ ਕੋਈ ਨਾ ਕਹਿੰਦੇ ਤੇਰੀ ਸਜ਼ਾ ਇਹ ਆ ਵੀ ਜਿੰਨਾ ਇਹ ਬਾਗ ਇਹਨਾਂ ਦੇ ਸਾਰੇ ਦੇ ਤੂੰ ਦੇਖਭਾਲ ਕਰਨੀ ਹੈ ਤੇ ਜਿੰਨੇ ਸੇਬ ਨੇ ਉਹ ਤੋੜ ਕੇ ਤੇ ਤੂੰ ਬਾਜ਼ਾਰ ਵਿੱਚ ਵੇਚ ਕੇ ਆਉਣੇ ਨੇ ਪਰ ਇੱਕ ਗੱਲ ਯਾਦ ਰੱਖੀ ਤੂੰ ਬਿਨਾਂ ਇਜਾਜ਼ਤ ਕਦੇ ਕੁਝ ਨਹੀਂ ਤੋਖਣਾ ਕਹਿੰਦੇ ਠੀਕ ਹੈ ਐਵੇਂ ਕਰਦੇ ਕਰਦੇ ਬੜਾ ਲੰਮਾ ਅਰਸਾ ਬੀਤ ਜਾਂਦਾ ਹੈ ਉਹ ਕਹਿੰਦੇ ਇੱਕ ਦਿਨਾਂ ਕੋਲ ਆਉਂਦਾ ਉਹ ਮਨੋਕਸੰਤ ਜੀ ਦੇ ਕੋਲ ਆਉਂਦਾ ਫਿਰ ਦੇ ਸੰਤ ਜੀ ਕੋਲ ਜੀ ਸੰਤ ਜੀ ਇੱਕ ਗੱਲ ਦੱਸੋ ਵੀ ਮੈਂ ਨਾ ਹੁਣ ਕੀ ਕਰਾਂ ਵੀ ਮੇਰੇ ਇੰਨੀ ਕਿੰਨੇ ਕੁ ਅਰਸੇ ਰਹਿ ਗਏ ਨੇ ਮੇਰਾ ਕਿੰਨਾ ਕੁ ਸਮਾਂ ਰਹਿ ਗਿਆ ਇੱਥੇ ਉਕਿੰਦੇ ਕੋਈ ਨਾ ਹਜੇ ਤੇਰਾ ਇੱਥੇ ਸਮਾਂ ਪਿਆ ਜਿਸ ਦਿਨ ਤੇਰਾ ਸਮਾਂ ਪੂਰਾ ਹੋ ਗਿਆ ਮੈਂ ਤੈਨੂੰ ਆਪੇ ਦੱਸਾਂਗਾ ਐਵੇਂ ਉਹ ਜਿਹੜੇ ਸੰਤ ਫਕੀਰ ਸਨ ਉਹਨਾਂ ਨੂੰ ਹਰ ਸਮੇਂ ਬਿਰਦ ਸੰਤ ਫਕੀਰ ਦੇਖਦੇ ਰਹਿੰਦੇ ਸਨ ਉਹ ਕਿਵੇਂ ਕੰਮ ਕਰਦਾ ਹੈ ਕੀ ਕਰਦਾ ਹੈ ਤੇ ਹਰ ਸਮੇਂ ਉਹਦੇ ਬੁੱਲਾਂ ਤੇ ਉਹ ਵਾਹਿਗੁਰੂ ਦਾ ਨਾਮ ਹੁੰਦਾ ਕੁਝ ਅਰਸੇ ਲੰਘਣ ਤੋਂ ਬਾਅਦ ਫਿਰ ਸੰਤ ਜੀ ਕੋਲ ਆਉਂਦਾ ਕਹਿੰਦੇ ਸੰਤ ਜੀ ਮੇਰੇ ਕਿੰਨੀ ਕੁ ਸਜਾ ਰਹਿ ਗਈ ਕਹਿੰਦੇ ਤੇਰਾ ਸਮਾਂ ਤਾਂ ਪੂਰਾ ਹੋ ਗਿਆ ਉਹ ਕਹਿੰਦਾ ਮੈਂ ਘਰ ਜਾਣਾ ਚਾਹੁੰਦਾ ਕਹਿੰਦੇ ਤੇਰਾ ਸਮਾਂ ਤਾਂ ਪੂਰਾ ਹੋ ਗਿਆ ਪਰ ਤੈਨੂੰ ਨਾ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ ਤਾਂ ਹੀ ਤੈਨੂੰ ਮਾਫ਼ ਕਰਾਂਗਾ ਕਿੰਦੇ ਠੀਕ ਹੈ ਸ਼ਰਤ ਦੱਸੋ ਕਿੰਦੇ ਮੇਰੀ ਇੱਕ ਧੀ ਹੈ ਉਹ ਕੰਨਾਂ ਤੋਂ ਸੁਣ ਨਹੀਂ ਸਕਦੀ ਮੂੰਹ ਤੋਂ ਬੋਲ ਨਹੀਂ ਸਕਦੀ ਅੱਖਾਂ ਤੋਂ ਵੇਖ ਨਹੀਂ ਸਕਦੀ ਪੈਰਾਂ ਤੋਂ ਲਾਚਾਰ ਹੈ ਤੈਨੂੰ ਉਹਦੇ ਨਾਲ ਵਿਆਹ ਕਰਨਾ ਪਵੇਗਾ ਕਿੰਦੇ ਸੱਤ ਬਚਨ ਮੈਂ ਉਹਦੇ ਨਾਲ ਵਿਆਹ ਕਰ ਲਵਾਂਗਾ ਹੁਣ ਹੁੰਦਾ ਕਿ ਇਹ ਉਹ ਉਹਦੇ ਨਾਲ ਉਹਦੇ ਸੰਤ ਫਕੀਰ ਜਾਂਦੇ ਨੇ ਉਹਨਾਂ ਨਾਲ ਵਿਆਹ ਕਰਦੇ ਨੇ ਜਦੋਂ ਵਿਆਹ ਕਰਦੇ ਨੇ ਤੇ ਜਦੋਂ ਉਹ ਦੇਖਦਾ ਹੈ ਵੀ ਉਹਦੀ ਘਰ ਵਾਲੀ ਜਿਹੜੀ ਉਹਦਾ ਨੌਂ ਬਰ ਨੌਂ ਹੈ ਫਿਰ ਭੱਜ ਕੇ ਉਹ ਸੰਤ ਫਕੀਰ ਦੇ ਕੋਲ ਆਉਂਦਾ ਹੈ ਕਹਿੰਦਾ ਸੰਤ ਜੀ ਵੀ ਜਿਸ ਦਿਨ ਨਾਲ ਤੁਸੀਂ ਮੇਰਾ ਵਿਆਹ ਕੀਤਾ ਹੈ ਨਾ ਉਹ ਕੁੜੀ ਪਹਿਲੇ ਮੈਂ ਇੱਕ ਸੇਵ ਦੇ ਬਦਲੇ ਐਨੀ ਆਪਣੀ ਉਮਰ ਇੱਥੇ ਗਵਾ ਦਿੱਤੀ ਏ ਤੇ ਤੁਸੀਂ ਮੈਨੂੰ ਦੱਸੋ ਵੀ ਮੈਂ ਹੁਣ ਇਹ ਸਜਾ ਦਾ ਪਾਤਰ ਨਹੀਂ ਬਣਨਾ ਚਾਹੁੰਦਾ ਹਾਂ ਉਹ ਤੁਹਾਡੀ ਧੀ ਨਹੀਂ ਹੈਗੀ ਕਹਿੰਦੇ ਉਹ ਕੰਨਾਂ ਤੋਂ ਜੋ ਸੁਣ ਨਹੀਂ ਸਕਦੀ ਇਸ ਲਈ ਕਿ ਉਹ ਵਾਹਿਗੁਰੂ ਦੀ ਬੰਦਗੀ ਨਹੀਂ ਸੰਹਦੀ ਮੂੰਹ ਤੋਂ ਗੁੰਗੀਏ ਉਹ ਨਾਮ ਨਹੀਂ ਚਾਪਦੀ ਅੱਖਾਂ ਤੋਂ ਅੰਨ੍ਹੀ ਏ ਉਹ ਵਾਹਿਗੁਰੂ ਨੂੰ ਕਦੇ ਵੀ ਉਹ ਕਿਸੇ ਕਣ ਕਣ ਵਿੱਚ ਦੇਖਦੀ ਨਹੀਂ ਹੈਗੀ ਪੈਰਾਂ ਤੋਂ ਲਾਚਾਰ ਇਸ ਲਈ ਹੈ ਕਿ ਕਦੇ ਉਹਦੇ ਧਰਤੇ ਨਹੀਂ ਗਈ ਹੈਗੀ ਕਹਿੰਦੇ ਕਿ ਤੇਰੇ ਨਾਲ ਇਹਦਾ ਵਿਆਹ ਤਾਂ ਕੀਤਾ ਹੈ ਕਿ ਤੇਰੇ ਨਾਲ ਇਹਦੀ ਵੀ ਜੁਣ ਸੁਧਰ ਜੇ ਉਹ ਫਿਰ ਹਸੀ ਖੁਸ਼ੀ ਉੱਥੇ ਰਹਿਣ ਲੱਗੇ ਉਹ ਵਾਹਿਗੁਰੂ ਦੀ ਇਬਾਦਤ ਕਰਨ ਲੱਗੇ ਤੇ ਹੌਲੀ-ਹੌਲੀ ਜਿਵੇਂ ਪਹਿਲਾਂ ਉਹ ਆਪਣੇ ਰੋਟੀ ਤੋਂ ਵੀ ਕੀ ਸੀ ਵੀ ਉਹਨੂੰ ਰੋਟੀ ਵੀ ਕਰੇ ਨਸੀਬ ਨਹੀਂ ਸੀ ਹੁੰਦੀ ਕਦੇ ਹੁੰਦੀ ਸੀ ਕਦੇ ਨਹੀਂ ਪਰ ਹੁਣ ਉਹਨੂੰ ਸਭ ਕੁਝ ਉਹਨੂੰ ਵਾਹਿਗੁਰੂ ਨੇ ਮਿਹਰ ਕੀਤੀ ਤੇ ਸਾਰਾ ਕੁਝ ਮਿਲ ਗਿਆ ਉਸ ਨਗਰ ਦੇ ਵਿੱਚ ਇੱਕ ਰਾਜਾ ਰਹਿੰਦਾ ਸੀ ਰਾਜੇ ਦੀ ਇੱਕੋ ਧੀ ਸੀ ਉਹ ਚਾਹੁੰਦਾ ਸੀ ਕਿ ਉਹਦਾ ਵਿਆਹ ਕਿਸੇ ਐਸੇ ਨਾਲ ਕੀਤਾ ਜਾਵੇ ਜੋ ਹਰ ਸਮੇਂ ਵਾਇਗ੍ਰੂਦੀ ਬੰਦਗੀ ਕਰੇ ਜੋ ਇਮਾਨਦਾਰ ਹੋਵੇ ਉਹਨੇ ਉਹਦੀ ਜਦੋਂ ਜਵਾਨ ਹੋਈ ਤੇ ਬੜੇ ਜ਼ਿਆਦੇ ਉਹਦੇ ਲਈ ਰਿਸ਼ਤੇ ਆਉਣ ਲੱਗੇ ਰਿਸ਼ਤੇ ਐਵੇਂ ਦੇ ਆਉਂਦੇ ਸੀ ਵੀ ਵੱਡੇ ਘਰਾਨੇ ਦੇ ਲੋਕ ਸੀ ਉਹ ਚਾਹੁੰਦਾ ਸੀ ਵੀ ਮੈਂ ਐਵੇਂ ਦੀ ਕਰ ਵਿਆਹ ਕਰਾਂ ਜਿੱਥੇ ਮੇਰੀ ਧੀ ਹਮੇਸ਼ਾ ਵਾਹਿਗੁਰੂ ਦੇ ਨੇੜੇ ਵੀ ਰਹੇ ਤੇ ਹਮੇਸ਼ਾ ਸੁਖੀ ਵੀ ਰਹੇ ਇਨ੍ਹਾਂ ਜੰਜਾਲਾਂ ਤੋਂ ਬਚੀ ਰਹੇ ਉਹਨਾ ਰੋਜ਼ ਰਾਤ ਨੂੰ ਆਪਣੇ ਘਰੋਂ ਨਿਕਲ ਕੇ ਤੇ ਸਾਦੇ ਕੱਪੜੇ ਪਾ ਕੇ ਤੇ ਆਪਣੀ ਧੀ ਲਈ ਵਾਰ ਲੱਭਣ ਜਾਂਦਾ ਹੁੰਦਾ ਸੀ ਇੱਕ ਦਿਨ ਜਦੋਂ ਜਾਂਦਾ ਹੈ ਦੇਖਦਾ ਹੈ ਵੀ ਇੱਕ ਥਾਂ ਤੇ ਬੜੇ سارے ਲੋਕ ਬੈਠ ਕੇ ਉਹ ਵਾਹਿਗੁਰੂ ਦੀ ਇਬਾਦਤ ਕਰ ਰਹੇ ਨੇ ਉਹਦੇ ਪਿੱਛੇ ਇੱਕ ਮਨੁੱਖ ਬੈਠਾ ਹੋਇਆ ਜੋ ਕਿ ਉਹ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਪਿਆ ਤੇ ਅੱਖਾਂ ਉਹਦੀਆਂ ਭਰੀਆਂ ਪਈਆਂ ਨੇ ਉਥੇ ਬੈਠ ਕੇ ਇੰਤਜ਼ਾਰ ਕਰਨ ਲੱਗਾ ਜਦੋਂ ਇਹਦੀ ਅਰਦਾਸ ਜਦੋਂ ਇਹਦੀ ਖਤਮ ਹੋਈ ਤੇ ਫਿਰ ਮੈਂ ਨਾਲ वार्तालाप ਕਰਾਂਗਾ ਉਹਦੀ ਅਰਦਾਸ ਜਦੋਂ ਖਤਮ ਹੋਈ ਤਾਂ ਉਹ ਜੋ ਰਾਜਾ ਸੀ ਉਹਦੇ ਕੋਲ ਗਿਆ ਸਧਾਰਨ ਗੱਪਲੇ ਪਾ ਕੇ ਉਹਦੇ ਕੋਲ ਗਿਆ ਕਹਿੰਦੇ ਪਲੇਪੁਰ ਖਾਦ ਕੀ ਅਰਦਾਸ ਕਰਦਾ ਸੀ ਜਿੰਨਾ ਇੰਨੀਆਂ ਅੱਖਾਂ ਨਮ ਹੋ ਗਿਆ ਕਹਿੰਦੇ ਜੀ ਇੱਕੋ ਕੋਠ ਹੈ ਉਹ ਵੀ ਟੁੱਟਾ ਪਿਆ ਤੇ ਘਰ ਖਾਣ ਲਈ ਕੁਝ ਨਹੀਂ ਹੈਗਾ ਪਰ ਵਾਹਿਗੁਰੂ ਦਾ ਇਹ ਨਤਵੀ ਸ਼ੁਕਰ ਆਬੀ ਸਿਹਤ ਤਾਂ ਠੀਕ ਦਿੱਤੀ ਹੈ ਕਰਤਾ ਇਸ ਨਾਲ ਮੈਂ ਕੁਝ ਵੀ ਸਕਦਾ ਕਿੰਨੇ ਠੀਕ ਹੈ ਐਨੇ ਕਰਕੇ ਨਾ ਉਹ ਉੱਥੋਂ ਚਲਾ ਗਿਆ ਕਹਿੰਦੇ ਵੀ ਉਹਦੇ ਪਿੱਛੇ ਪਿੱਛੇ ਚਲਾ ਗਿਆ ਕਹਿੰਦੇ ਦੱਸੋ ਪਲੇਪੁਰਖੋ ਵੀ ਬਜ਼ੁਰਗੋ ਤੁਸੀਂ ਮੇਰੇ ਪਿੱਛੇ ਆ ਰਹੇ ਹੋ ਕੋਈ ਕੰਮ ਹੈ ਕਹਿੰਦੇ ਹਾਂ ਇਹ ਕਲ ਸੁਣ ਜੇਕਰ ਤੇਰਾ ਇਰਾਜੇ ਦੀ ਧੀ ਨਾਲ ਵਿਆਹ ਕਰ ਦਿੱਤਾ ਜਾਵੇ ਫਿਰ ਕਹਿੰਦਾ ਮੇਰੇ ਵਰਗੇ ਫਟੀਚਰ ਨਾਲ ਜਿਹਦੇ ਕੋਲ ਇੱਕ ਸਮੇਂ ਦੀ ਰੋਟੀ ਦਾ ਵੀ ਇੰਤਜ਼ਾਮ ਨਹੀਂ ਹੈਗਾ ਘਰ ਕੁਲੀ ਨਹੀਂ ਹੈਗੀ ਮੇਰੇ ਨਾਲ ਕਿਉਂ ਕੋਈ ਵਿਆਹ ਕਰੇਗਾ ਤੁਹਾਨੂੰ ਮੈਂ ਹੀ ਸੁਹੇੜ ਦਾ ਮਜ਼ਾਕ ਕਰਾਂ ਲੱਪਿਆ ਤੁਸੀਂ ਜਾਓ ਕਿਸੇ ਹੋਰ ਨਾਲ ਇਹ ਮਜ਼ਾਕ ਕਰੋ ਮੇਰੇ ਨਾਲ ਨਾ ਕਰੋ ਉਂ ਕਿੰਦੇ ਆਪਣਾ मुਂਦਰੀ ਲੈ ਕੇ ਤੇ ਉਹਨੂੰ ਦਿੰਦੇ ਨੇ ਕਿੰਦੇ ਸਵੇਰੇ ਦਰਬਾਰ ਵਿੱਚ ਆਈ ਤੇ मुਂਦਰੀ ਵਿਖਾ ਦੇ ਤੈਨੂੰ ਦਰਬਾਰੀ ਮੇਰੇ ਤੱਕ ਪਹੁੰਚਦਾ ਕਰਤੇਗਾ ਉਹ ਜਾਣ ਕੇ ਬੜਾ ਹੈਰਾਨ ਹੋਇਆ ਹੁਣਾ ਕੀ ਸੀ ਉਹ मुਂਦਰੀ ਲੈ ਕੇ ਸਵੇਰੇ ਉੱਥੇ ਜਾਂਦਾ ਉੱਥੇ ਜਾ ਕੇ ਰਾਜੇ ਨੂੰ ਦੇਖ ਕੇ ਬੜਾ ਸ਼ਰਮਿੰਦਾ ਹੋ ਜਾਂਦਾ ਰਾਜਾ ਕਹਿੰਦਾ ਕੋਈ ਨਾ ਤੂੰ ਮੈਨੂੰ ਜਾਣਦਾ ਨਹੀਂ ਸੀ ਪਰ ਫਿਰ ਵੀ ਤੇਰੀਆਂ ਗੱਲਾਂ ਕਰਕੇ ਮੈਂ ਖਫਾ ਨਹੀਂ ਹੈਗਾ ਆਪਣੀ ਧੀ ਨੂੰ ਬੁਲਾ ਕੇ ਉਸੇ ਪਲ ਉਹਦਾ ਵਿਆਹ ਕਰ ਦਿੰਦੇ ਧੀ ਨੂੰ ਕਹਿੰਦੇ ਕਿ ਔਖਾਂ ਤੇ ਮਾੜਾ ਸਮਾਂ ਹਰ ਕਿਸੇ ਤੇ ਆਉਂਦੇ ਉਹ ਖਾਤੇ ਮਾੜਾ ਸਮਾਂ ਲੰਘ ਜਾਂਦਾ ਪਰ ਉਸ ਵਿੱਚ ਜੋ ਸਾਥ ਨਹੀਂ ਦਿੰਦਾ ਉਹ ਹਮੇਸ਼ਾ ਯਾਦ ਰਹਿੰਦਾ ਤੇ ਜੋ ਸਾਥ ਦਿੰਦਾ ਉਹ ਵੀ ਯਾਦ ਰਹਿੰਦਾ ਪਰ ਉਸ ਵਾਹਿਗੁਰੂ ਤੇ ਜੋ ਭਰੋਸਾ ਰੱਖਦਾ ਵਾਹਿਗੁਰੂ ਨੂੰ ਔਖੇ ਸਮੇਂ ਚੋਂ ਹੀ ਬਾਹਰ ਕੱਢਦਾ ਤੇ ਇਸ ਲੋਕ ਤੇ ਉਸ ਲੋਕ ਦੋਵੇਂ ਥਾਂ ਤੇ ਮਦਦ ਕਰਦਾ ਤੋ ਵਾਹਿਗੁਰੂ ਦਾ ਪੱਲਾ ਕਦੇ ਨਾ ਛੱਡੀ ਤੇ ਆਪਣੇ ਘਰ ਵਾਲੇ ਦਾ ਪੱਲਾ ਵੀ ਕਦੇ ਨਾ ਛੱਡੀ ਉਹ ਇਹ ਕਹੇ ਕਿ ਤੇ ਦੋਨੋਂ ਜੁਨੇ ਤੇ ਚਲੇ ਜਾਂਦੇ ਨੇ ਜਦੋਂ ਘਰ ਜਾਂਦੇ ਨੇ ਤੇ ਉਹਦੀ ਘਰਵਾਲੀ ਸਭ ਤੋਂ ਪਹਿਲਾਂ ਘਰ ਪੈਰ ਰੱਖਦੀ ਉਹ ਦੇਖਦੀ ਐ ਵੀ ਜਿਹੜਾ ਟੁੱਟਾ ਕਮਰਾ ਘੜੇ ਦੇ ਉੱਤੇ ਨਾ ਇੱਕ ਅੱਧੀ ਰੋਟੀ ਪਈ ਐ। ਉਹ ਕਹਿੰਦੀ ਵੀ ਇਹ ਕੀ ਐ? ਕਿੰਦਾ ਵੀ ਮੈਂ ਨਾ ਸਵੇਰੇ ਇੱਕ ਰੋਟੀ ਪਕਾਈ ਸੀ। ਸਵੇਰ ਅੱਧੀ ਸਵੇਰੇ ਖਾ ਲਈ ਤੇ ਅੱਧੀ ਰਾਤ ਲਈ ਬਚਾ ਕੇ ਰੱਖ ਲਈ। ਉਹ ਕਹਿੰਦੀ ਤੂੰ ਵਾਹਿਗੁਰੂ ਤੇ ਭਰੋਸਾ ਤਾਂ ਕਰਨਾ ਪਰ ਤੇਰੇ ਭਰੋਸੇ ਵਿੱਚ ਕੀਤੇ ਨਾ ਕੀਤੇ ਤਰੇੜ। ਜਿਸਨੇ ਤੈਨੂੰ ਸਵੇਰੇ ਖਾਣ ਲਈ ਦਿੱਤਾ ਉਹ ਤੈਨੂੰ ਰਾਤ ਨੂੰ ਵੀ ਖਾਣ ਲਈ ਦਵੇਗਾ। ਪਹਿਲਾਂ ਇਹ ਅੱਧੀ ਰੋਟੀ ਜਾ ਕੇ ਕਿਸੇ ਨੂੰ ਦਾਨ ਪੁੰਨ ਕਰਿਆ। ਜਿਸਨੇ ਸਵੇਰੇ ਦਿੱਤੀ ਰਾਤ ਨੂੰ ਵੀ ਤੈਨੂੰ ਜ਼ਰੂਰ ਦਵੇਗਾ। ਇੱਕ ਐ ਕੇਤੀ ਉਤੇ ਦਾਨਪੁਣ ਕਰਨ ਲਈ ਉਹ ਬਾਹਰ ਕੁੱਤਾ ਖੜਾ ਸੀ ਉਹਨੂੰ ਰੋਟੀ ਪਾ ਦਿੱਤੀ ਉਸ ਤੋਂ ਬਾਅਦ ਉਹਨੂੰ ਕਿਹਾ ਕਿ ਤੂੰ ਹੱਥੀ ਕਿਰਤ ਕਰ ਪ੍ਰਮਾਤਮਾ ਤੇਰੀ ਕਿਰਤ ਵਿੱਚ ਬਹੁਤ ਮਿਹਰਪਾਨ ਗਿਆ ਉਹਨੇ ਐਵੇਂ ਹੱਥੀ ਕਿਰਤ ਕਰਿਆ ਕਰਨੀ ਤੇ ਪ੍ਰਮਾਤਮਾ ਨੇ ਉਹ ਜੋ ਵੀ ਉਹਦੇ ਵਿੱਚੋਂ ਬਚਿਆ ਕਰਨਾ ਉਹਨਾਂ ਕੁੱਤਿਆਂ ਜਨੋਰਾ ਜਾਨਵਰਾਂ ਨੂੰ ਜ਼ਰੂਰ ਪਾਇਆ ਕਰਨਾ ਦੇਖਦੇ ਦੇਖਦੇ ਉਹ ਅਤੀ ਰੋਟੀ ਦੀ ਬਰਕਤ ਇੰਨੀ ਕਰ ਵਧ ਗਈ ਕਿ ਹਰ ਪਾਸੇ ਸੁਖ ਹੀ ਸੁਖ ਹੋਣ ਲੱਗ ਗਿਆ ਇਸ ਲਈ ਕਿ ਆ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਵਿੱਚ ਬੜੀ ਤਾਕਤ ਹੈ ਜੋ ਉਹਨਾਂ ਦੇ ਵਿਸ਼ਵਾਸ ਕਰਦਾ ਹੈ ਉਹਦਾ ਕਾਰ ਹਮੇਸ਼ਾ ਬਰਕਤਾਂ ਨਾਲ ਪਰ ਜਾਂਦਾ ਹੈ